ਮਲੇਰਕੋਟਲਾ ਦੇ ਲੋਕ ਵੱਡਾ ਹਾਈਵੇ ਬਣਨ ਕਾਰਨ ਇੱਕ ਨਵੀਂ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ। ਅਫਸਰਾਂ ਦੀ ਲਾਪਰਵਾਹੀ ਤੇ ਧੱਕੇਸ਼ਾਹੀ ਦੇ ਕਾਰਨ ਲੋਕਾਂ ਨੂੰ ਉਹਨਾਂ ਦੀ ਜ਼ਮੀਨ ਦਾ ਸਹੀ ਮੁਆਵਜ਼ਾ ਨਹੀਂ ਮਿਲ ਰਿਹਾ। ਉਲਟਾ ਲੋਕਾਂ ਤੇ 751 ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਦਰਅਸਲ ਮਲੇਰਕੋਟਲਾ ਵਿਖੇ ਸ਼ੈਲਰ ਚਲਾਉਣ ਵਾਲੇ ਉਦਯੋਗਪਤੀ ਭਗਵਾਨ ਸਿੰਘ ਸੰਧੂ ਨੇ ਦੱਸਿਆ ਕਿ ਉਹ ਮਲੇਰਕੋਟਲਾ ਨਾਭਾ ਰੋਡ ਤੇ ਇੱਕ ਸ਼ੈਲਰ ਚਲਾਉਂਦੇ ਨੇ ਜੋ ਕਿ 15 ਵਿਘੇ ਜ਼ਮੀਨ ਤੇ ਲੱਗਿਆ ਹੋਇਆ। ਉਹ ਪਿਛਲੇ ਕਰੀਬ 25 ਸਾਲ ਤੋਂ ਸ਼ੈਲਰ ਚਲਾ ਰਹੇ ਨੇ, ਪਰ ਉਹਨਾਂ ਤੇ ਮੁਸੀਬਤ ਦਾ ਪਹਾੜ ਉਸ ਸਮੇਂ ਡਿੱਗਿਆ ਜਦੋਂ ਉਹਨਾਂ ਦਾ ਸ਼ੈਲਰ ਨੈਸ਼ਨਲ ਹਾਈਵੇ ਦੇ ਅੜਿੱਕੇ ਆ ਗਿਆ। ਬਸ ਫਿਰ ਕੀ ਸੀ, ਉਹਨਾਂ ਦੀ ਜ਼ਮੀਨ ਨੂੰ ਐਕਵਾਇਰ ਕਰਨ ਦਾ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਖੇਤੀਬਾੜੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾ ਰਿਹਾ, ਪਰ ਸ਼ੈਲਰ ਦਾ ਪੈਸਾ ਨਹੀਂ ਦਿੱਤਾ ਜਾ ਰਿਹਾ ਅਤੇ ਬਾਕੀ ਜਗ੍ਹਾ ਵੀ ਉਦਯੋਗਪਤੀਆਂ ਨੂੰ ਖੇਤੀਬਾੜੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾ ਰਿਹਾ, ਪਰ ਕਮਰਸ਼ੀਅਲ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਉਹਨਾਂ ਨੂੰ ਦੁਬਾਰਾ ਸ਼ੈਲਰ ਚਲਾਉਣ ਦੇ ਵਿੱਚ ਕੋਈ ਸਹਾਇਤਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਫਿਰ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਨਹੀਂ ਕੀਤੀ ਜਾ ਰਹੀ, ਜੋ ਕਿ ਕਾਨੂੰਨ ਮੁਤਾਬਿਕ ਉਹਨਾਂ ਦਾ ਹੱਕ ਹੈ। ਉਹਨਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਉਹਨਾਂ ਨੇ ਆਰਬਿਟ੍ਰੇਸ਼ਨ ਅਤੇ ਹਾਈ ਕੋਰਟ ਦੇ ਵਿੱਚ ਕੇਸ ਵੀ ਦਰਜ ਕੀਤਾ, ਪਰ ਮਲੇਰਕੋਟਲਾ ਦਾ ਪ੍ਰਸ਼ਾਸਨ ਉਹਨਾਂ ਨੂੰ ਬਿਲਕੁਲ ਵੀ ਸਮਾਨ ਨਹੀਂ ਦੇ ਰਿਹਾ। ਉਹਨਾਂ ਦਾ ਸਾਰਾ ਸਮਾਨ ਤੋੜ ਕੇ ਬਾਹਰ ਕੱਢਿਆ ਜਾ ਰਿਹਾ, ਜਿਸ ਕਾਰਨ ਉਹਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ। ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਜਿੰਦੇ ਲੱਗੇ ਹੋਣ ਦੇ ਬਾਵਜੂਦ ਇੱਥੋਂ ਸਾਰਾ ਸਮਾਨ ਚੋਰੀ ਕਰਵਾਇਆ ਜਾ ਰਿਹਾ ਅਤੇ ਕੰਧ ਪਾੜ ਕੇ ਚੋਰ ਸਮਾਨ ਚੁੱਕ ਕੇ ਲੈ ਕੇ ਜਾ ਰਹੇ ਨੇ ਤੇ ਲੱਖਾਂ ਰੁਪਏ ਦੀ ਮਸ਼ੀਨਰੀ ਗਾਇਬ ਹੋ ਚੁੱਕੀ ਹੈ। ਇਸੇ ਤਰ੍ਹਾਂ ਦੀ ਦਿੱਕਤ ਹੋਰ ਵੀ ਉਦਯੋਗਪਤੀਆਂ ਨੂੰ ਪੇਸ਼ ਆ ਰਹੀ ਹੈ। ਦੁਕਾਨਦਾਰ ਜੋ ਕਿ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਖੇਤੀਬਾੜੀ ਜ਼ਮੀਨ ਦਾ ਹੀ ਮੁਆਵਜ਼ਾ ਦਿੱਤਾ ਜਾ ਰਿਹਾ, ਪਰ ਉਹਨਾਂ ਨੂੰ ਕਮਰਸ਼ੀਅਲ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਹੁਣ ਲੋਕਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਉਹਨਾਂ ਦੇ ਨਾਲ ਧੱਕਾ ਨਾ ਕਰੇ ਬਲਕਿ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਦੁਬਾਰਾ ਕੰਮ ਕਾਰ ਕਰਕੇ ਆਪਣਾ ਪੇਟ ਪਾਲ ਸਕਣ। ਸਾਡੀ ਸਰੀਏ ਸੀਮੈਂਟ ਦੇ ਗੋਲਡਨ ਐਰਨ ਐਂਡ ਸੀਮੈਂਟ ਸਟੋਰ ਦੀ ਦੁਕਾਨ ਹੈ, ਇਹ ਨੈਸ਼ਨਲ ਹਾਈਵੇ ਦੇ ਵਿੱਚ ਰੋਡ ਦੇ ਵਿੱਚ ਬਿਲਡਿੰਗ ਆ ਰਹੀ ਹੈ। ਸਾਨੂੰ ਇਹਦਾ ਗੌਰਮੈਂਟ ਵੱਲੋਂ ਬਹੁਤ ਜ਼ਿਆਦਾ ਘੱਟ ਮੁਆਵਜ਼ਾ ਦਿੱਤਾ ਜਾਂਦਾ। ਕਿੰਨਾ ਮੁਆਵਜ਼ਾ ਦੇ ਰਹੇ ਨੇ? ਸਾਡੀ ਬਿਲਡਿੰਗ ਦਾ 12,83,000 ਰੁਪਈਆ ਨੇ ਟੋਟਲ ਅਮਾਊਂਟ ਬਣਾਈ ਹੈ। ਇਹ ਰੇਟ ਐਗਰੀਕਲਚਰ ਦਾ? ਇਹ ਐਗਰੀਕਲਚਰ ਦੇ ਟੋਟਲੀ ਪੈਸੇ ਦੇ ਰਹੇ ਨੇ, ਕਮਰਸ਼ੀਅਲ ਦਾ ਕੋਈ ਪੈਸਾ ਨਹੀਂ ਦੇ ਰਹੇ। ਅੱਛਾ, ਤੁਹਾਡੀ ਕੀ ਮੰਗ ਆ? ਸਾਡੀ ਮੰਗ ਆ ਸਾਨੂੰ ਸਹੀ ਤਰੀਕੇ ਨਾਲ ਸਹੀ ਜਿਹੜਾ ਸਾਡਾ ਬਣਦਾ ਮੁਆਵਜ਼ਾ ਉਹ ਦਿੱਤਾ ਜਾਵੇ, ਕਮਰਸ਼ੀਅਲ ਵਾਲਾ ਮੁਆਵਜ਼ਾ ਦਿੱਤਾ ਜਾਵੇ। ਏ ਆਰ ਇੰਡਸਟਰੀ ਦਾ ਮਾਲਕ ਹਾਂ ਜੀ ਮੈਂ। ਮੇਰੀ ਇਹ ਜਗ੍ਹਾ ਦਿੱਲੀ ਅੰਮ੍ਰਿਤਸਰ ਟਰਸ ਆ ਗਈ ਜੀ, ਔਰ ਮੈਨੂੰ ਇਸਦਾ ਮੁਆਵਜ਼ਾ ਦਿੱਤਾ ਜਾ ਰਿਹਾ ਉਹ ਖੇਤੀਬਾੜੀ ਦਾ ਦਿੱਤਾ ਜਾ ਰਿਹਾ ਜੀ, ਜਦਕਿ ਮੇਰੀ ਜਗ੍ਹਾ ਇਹ ਕਮਰਸ਼ੀਅਲ ਆ ਔਰ ਆਪ ਨੂੰ ਵੀ ਦਿਖ ਰਿਹਾ ਜੀ। ਅਤੇ ਦੂਸਰਾ ਕੀ ਸੀਗਾ ਕਿ ਨਾ ਜੀ, ਰੀਹੈਬੀਟੇਸ਼ਨ ਔਰ ਰੀਸੈਟਲਮੈਂਟ ਦੇ ਤਹਿਤ ਮੈਨੂੰ ਨਾ ਦੂਜੀ ਜਗ੍ਹਾ 'ਤੇ ਇਹਨਾਂ ਨੇ ਕਨੈਕਸ਼ਨ ਕਰਵਾ ਕੇ ਦੇਣਾ ਸੀ ਔਰ ਸੈਟਿੰਗ ਕਰਵਾ ਕੇ ਦੇਣੀ ਸੀ, CLU ਪ੍ਰੋਵਾਈਡ ਕਰਵਾ ਕੇ ਦੇਣੀ ਸੀ, ਔਰ ਮੈਨੂੰ ਕੁਛ ਨਹੀਂ ਦਿੱਤਾ ਜਾ ਰਿਹਾ ਫਿਲਹਾਲ। ਨਾ ਮੈਨੂੰ ਕਮਰਸ਼ੀਅਲ ਦਾ ਮੁਆਵਜ਼ਾ ਮਿਲ ਰਿਹਾ, ਕਹਿੰਦੇ ਨੇ ਖੇਤੀਬਾੜੀ ਦਾ ਦਿੱਤਾ ਜਾਊਗਾ। ਕੇਸ ਲਗਾ ਲਓ, ਕੇਸ ਲਗਾਏ ਨੂੰ ਸਾਨੂੰ 2 ਸਾਲ ਹੋ ਗਏ, ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਜੀ, ਜਦਕਿ ਇਹ ਕਹਿ ਰਹੇ ਵੀ 6 ਮਹੀਨੇ ਦੇ ਅੰਦਰ ਅੰਦਰ ਸੁਣਵਾਈ ਕੀਤੀ ਜਾਊਗੀ। ਸਾਡੀ ਕੋਈ ਸੁਣਵਾਈ ਨਹੀਂ ਔਰ ਸਰਾਸਰ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ। ਇਹ ਤੱਕ ਕਿ ਸਾਡੇ ਲਈ ਖਬਰ ਆਈ ਆ ਕਿ 4-5 ਦਿਨ ਦੇ ਅੰਦਰ ਅੰਦਰ ਉੱਥੋਂ ਕਬਜ਼ਾ ਲਿਆ ਜਾਊਗਾ। ਨਾ ਤਾਂ ਸਾਨੂੰ ਕਨੈਕਸ਼ਨ ਪ੍ਰੋਵਾਈਡ ਕੀਤਾ ਜਾ ਰਿਹਾ ਔਰ ਨਾ ਸਾਨੂੰ CLU ਦਿੱਤੀ ਜਾ ਰਹੀ ਹੈ ਨਈ ਜਗ੍ਹਾ ਦੀ, ਜਿੱਥੇ ਅਸੀਂ ਨਵਾਂ ਬਿਲਡਿੰਗ ਬਣਾਈ ਆ, ਨਾ ਸਾਨੂੰ ਉਹਦੀ CLU ਲੈ ਕੇ ਦਿੱਤੀ ਜਾ ਰਹੀ ਆ, ਨਾ ਸਾਨੂੰ ਇਹਦੇ ਕਮਰਸ਼ੀਅਲ ਦੇ ਪੈਸੇ ਦਿੱਤੇ ਜਾ ਰਹੇ ਨੇ। ਸਾਡੀ ਸਰਕਾਰ ਨੂੰ ਮੰਗਾਂ ਆਈ ਕਿ ਸਾਡੀਆਂ 3 ਮੰਗਾਂ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਸਾਡੀਆਂ ਪੂਰੀਆਂ ਕੀਤੀਆਂ ਹਨ, ਅਸੀਂ ਆਪਣੇ ਆਪ ਕਬਜ਼ਾ ਛੱਡਣ ਲਈ ਤਿਆਰ ਹਾਂ ਜੀ। ਸਰਕਾਰ ਨੂੰ ਇਹ ਅਪੀਲ ਕਰਦੇ ਹਾਂ, ਸਾਡੀਆਂ ਮੰਗਾਂ ਪੂਰੀਆਂ ਕੀਤੀਆਂ, ਅਸੀਂ ਦੂਸਰੇ ਦਿਨ ਅਸੀਂ ਸਮਾਨ ਚੱਕ ਕੇ ਆਪਦਾ ਸ਼ਿਫਟ ਕਰ ਲਵਾਂਗੇ। ਇਹਨਾਂ ਨੂੰ ਕੀ ਅਧਿਕਾਰ ਆ ਸਾਡੇ ਜਿੰਦੇ ਤੋੜਨ ਦਾ? ਜੇ ਸੀਗਾ ਇਹਨਾਂ ਨੇ ਪੁਜੈਸ਼ਨ ਲੈਣਾ, ਸਰਕਾਰ ਨੇ ਸਾਨੂੰ ਲਿਖ ਕੇ ਦੇ, ਅਸੀਂ ਪੁਜੈਸ਼ਨ ਦੇ ਦਿੰਦੇ ਹਾਂ।
ਪਜੈਸ਼ਨ ਅਸੀਂ ਤੁਹਾਨੂੰ ਹੁਣ ਅਸੀਂ ਖੇਤੀਬਾੜੀ ਕਰਕੇ ਤਾਂ ਸਰ ਨਹੀਂ ਦਿੰਦੇ, ਸਾਨੂੰ ਕਮਰਸ਼ੀਅਲ ਮਿਲਣਾ ਚਾਹੀਦਾ। ਕਮਰਸ਼ੀਅਲ ਸਾਡੀ ਪ੍ਰਾਪਰਟੀ ਹੈ। 2000 ਸਰ ਅਵਾਰਡ ਹੋਇਆ ਸਨ 2000 'ਚ, ਅੱਜ 2024 ਚੱਲਦਾ, 4 ਸਾਲ ਤੋਂ ਅਸੀਂ ਇਹ ਡਿਸਟਰਬ ਹੋ ਰਹੇ ਹਾਂ ਵੀ ਸਾਡਾ ਸੈਲਰ ਨਹੀਂ ਕਿਤੇ ਚੱਲ ਰਿਹਾ। ਅਸੀਂ ਇਹਨਾਂ ਨੂੰ ਕਿਹਾ ਵੀ ਜਿੰਨੀ ਅਕੁਆਇਰ ਹੋ ਗਈ ਬਾਕੀ ਸਾਡੀ ਜ਼ਮੀਨ ਇੱਧਰ ਬਚਦੀ ਹੈ, ਸਾਨੂੰ ਉੱਧਰ ਸੈਲਰ ਲਾ ਲੈਣ ਦੇ ਦੂਜੀ ਜ਼ਮੀਨ 'ਚ, ਉਹ ਨਹੀਂ ਲਾਉਣ ਦਿੱਤਾ ਸਾਨੂੰ, ਕਿਸੇ ਨੇ ਪਰਮਿਸ਼ਨ ਨਹੀਂ ਦਿੱਤੀ ਸਾਨੂੰ ਸੈਲਰ ਲਾਉਣ ਦੀ। ਸਰਕਾਰ ਵੱਲੋਂ ਸਾਰੀਆਂ ਇਹ ਹਦਾਇਤਾਂ ਨੇ ਵੀ ਇਹਨਾਂ ਨੂੰ ਆਹ ਚੀਜ਼ਾਂ ਕਰਕੇ ਦੇਣੀਆਂ ਨੇ ਅਵਾਰਡ ਦੇ ਮੁਤਾਬਕ। ਸਰ SDM ਸਾਹਿਬ ਆਉਂਦੇ ਆ ਉਹ ਧੱਕਾ ਕਰ ਲੈਂਦੇ ਆ, ਹੋਰ ਅਫਸਰ ਸਾਹਿਬ ਆਉਂਦੇ ਆ ਉਹ ਧੱਕਾ ਕਰ ਲੈਂਦੇ ਆ। ਮੈਂ ਹੱਟ ਦਾ ਮਰੀਜ਼ ਹਾਂ, 60 ਸਾਲ ਦਾ ਬੰਦਾ, ਕੱਲ੍ਹ ਮੈਨੂੰ 3 ਵਾਰ ਗੱਸੀ ਪਈ ਆ ਇੱਥੇ। ਮੈਂ ਪਰਿਵਾਰ ਦਾ ਕਮਾਊ ਮੈਂਬਰ ਹਾਂ, ਜੇ ਮੈਂ ਹੀ ਇੱਥੇ ਮਰ ਗਿਆ ਮੈਨੂੰ ਕਿਹਨੇ ਪੈਸੇ ਦੇਖਣੇ ਆ ਮੇਰੇ ਬੱਚੇ ਨੇ। ਤੁਹਾਨੂੰ ਅਰੈਸਟ ਕਿਉਂ ਕੀਤਾ ਸੀਗਾ ਜੀ ਇਹਨਾਂ ਨੇ? ਅਰੈਸਟ ਇਹਨਾਂ ਦੀ ਪਾਵਰ ਆ ਜੀ, ਬਸ 220 'ਚ ਅਰੈਸਟ ਕਰ ਲਓ ਜੀ, 220 'ਚ ਅਰੈਸਟ ਕਰ ਲਓ ਜੀ, ਇਹਨਾਂ ਦੀਆਂ ਪਾਵਰਾਂ ਨੇ ਸਾਹਿਬ ਦੀਆਂ। ਫਿਰ ਲੈ ਗਏ ਥਾਣੇ ਅਮਰਗੜ੍ਹ, ਉੱਥੇ ਲੀਗਲ ਰੱਖਿਆ 2 ਘੰਟੇ, ਫਿਰ 57 'ਚ ਪੇਸ਼ ਕਰਤਾ ਰਾਤ 8 ਵਜੇ। ਹੁਣ ਜੇ ਅਸੀਂ ਆਪਦਾ ਹੱਕ ਮੰਗਦੇ ਹਾਂ, ਆਪਦੇ ਹੱਕ ਵਾਸਤੇ ਲੜਦੇ ਹਾਂ, ਕਹਿੰਦੇ ਹਾਂ, ਤਾਂ ਸਾਡੇ 'ਤੇ ਪਰਚੇ ਆਉਂਦੇ ਆ। ਆ ਹੁਣ ਇੰਨੀ ਕਾਰਵਾਈ ਹੋਈ ਆ, ਇੰਨੀ ਫੋਰਸ ਆਈ ਆ, ਕੋਈ ਸਾਨੂੰ ਐਂਟੀਮੇਸ਼ਨ ਨਹੀਂ, ਆ ਕੇ ਖੋਲ੍ਹਣ ਲੱਗ ਗਏ, ਤੋੜਨ ਲੱਗ ਗਏ, 4 ਅਫਸਰ ਆ ਗਏ। ਅਫਸਰਾਂ ਨੂੰ ਸਹੀ ਨਹੀਂ ਦੱਸਦੇ ਵੀ ਅਵਾਰਡ ਕਾਹਦਾ ਬਣਿਆ ਹੋਇਆ। ਅਫਸਰ ਸਾਹਿਬਾਨ, ਚਲੋ ਇਹਨਾਂ ਦੀ ਡਿਊਟੀ ਆ, ਇਹਨਾਂ ਦੀ ਮਜਬੂਰੀ ਅਫਸਰ ਸਾਹਿਬਾਨ ਦੀ, ਇਹਨਾਂ ਨੇ ਆਉਣਾ। ਜਦੋਂ ਆ ਕੇ ਅਸੀਂ ਇਹਨਾਂ ਤੋਂ ਇਹ ਚੀਜ਼ਾਂ ਪ੍ਰੋਵਾਈਡ ਕਰਾਉਣੀਆਂ ਵੀ ਦਿਓ ਸਾਨੂੰ ਉਹਦਾ ਦਿਓ, ਜਿਹੜਾ ਆਰਡਰ ਹੈ SDM ਸਾਹਿਬ ਦਾ, ਉਹ ਚੀਜ਼ ਕੁਛ ਹੋਰ ਬੋਲਦੀ ਹੈ ਸਰ। ਹੈਂ, ਇਹ ਤੋਂ ਬਾਅਦ ਅਗਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਈਏ ਹੁਣ, ਹੈਂ, ਆਹ ਰਹਿ ਗਿਆ ਸਾਡੇ ਕੋਲ ਹੱਲ, ਉਹ ਜਾਂ ਸਾਡੇ ਉੱਤੋਂ ਦੀਆਂ ਗੱਡੀਆਂ ਲਗਾ ਦਿਓ, ਔਰ ਆਹੀ ਹੱਲ ਆ। ਪੈਸਾ ਕੋਈ ਸਾਨੂੰ ਮਿਲਿਆ ਨਹੀਂ ਅੱਜ ਤੱਕ। ਪੇਮੈਂਟ ਮਿਲਣ ਤੋਂ ਬਾਅਦ ਸਰ 2 ਮਹੀਨਿਆਂ ਦਾ ਟਾਈਮ ਆ ਸਾਨੂੰ ਅੱਜ ਮਸ਼ੀਨਰੀ ਚੱਕਣ ਦਾ, ਪੇਮੈਂਟ ਤੋਂ ਮਿਲੀ ਨਹੀਂ, ਸਾਨੂੰ ਇੱਕ ਨਵਾਂ ਪੈਸਾ ਨਹੀਂ ਅੱਜ ਤੱਕ ਪ੍ਰੋਵਾਈਡ ਪੈਸਾ ਮਿਲਿਆ। ਸਾਨੂੰ ਤਾਂ ਇਹ ਨਹੀਂ ਪਤਾ, ਕੱਲ੍ਹ ਅਸੀਂ SDM ਸਾਹਿਬਾਨ ਨੂੰ ਇਹ ਕੁਐਸਚਨ ਕੀਤਾ ਸੀ ਵੀ ਸਾਡੀ ਮਸ਼ੀਨਰੀ ਕਿਹਦੀ ਕਸਟਡੀ 'ਚ ਜਾ ਰਹੀ ਆ, ਉਹ ਮੈਨੂੰ ਕਹਿੰਦੇ ਵੀ ਫੂਡ ਸਪਲਾਈ ਦੀ ਸਟੱਡੀ ਸਟੱਡੀ 'ਚ ਜਾ ਰਹੀ ਆ। ਅਸੀਂ ਕਿਹਾ ਜੀ ਉਹਨਾਂ ਦੇ ਬੰਦੇ ਹੈਗੇ, ਕਹਿੰਦੇ ਜੀ ਉਹਨਾਂ ਦੇ ਬੰਦੇ ਅੱਜ ਤਾਂ ਅਸੀਂ ਲੈ ਕੇ ਨਹੀਂ ਆਏ। ਮੈਂ ਕਿਹਾ ਜੀ ਜਿਹਦੀ ਸਟੱਡੀ 'ਚ ਜਾ ਰਹੀ ਆ ਸਾਨੂੰ ਮਿਲਾ ਦਿਓ। ਨਹੀਂ ਜੀ, ਮੈਂ ਕਿਹਾ ਜੀ 1.5 ਕਰੋੜ ਦੀ ਮਸ਼ੀਨਰੀ ਆ, ਇਲੈਕਟ੍ਰੋਨਿਕ ਮਸ਼ੀਨਰੀ ਆ, ਇੱਕ ਚੀਜ਼ ਅਗਲੇ ਨੇ ਸਾਡੀ ਐਂ ਤੋੜ ਕੇ ਛੱਡਤੀ, ਸਾਡੀ 50 ਲੱਖ ਦਾ ਹਜਾਊ ਸੋ ਟੈਕਸ। ਤੁਹਾਨੂੰ ਕੋਈ ਨੋਟਿਸ ਦਿੱਤਾ ਸਰਕਾਰ ਨੇ? ਨਹੀਂ ਨਹੀਂ, ਅਜੇ ਤੱਕ ਸਾਨੂੰ ਕੋਈ ਨੋਟਿਸ ਨਹੀਂ ਆਇਆ ਵੀ ਆ ਖਾਲੀ ਕਰ ਦਿਓ ਨਾ। ਜਦੋਂ ਸਾਨੂੰ ਪੈਸੇ ਨਹੀਂ ਦਿੱਤੇ, ਪੈਸਿਆਂ ਤੋਂ ਬਾਅਦ ਨੋਟਿਸ ਆਉਣਾ 2 ਮਹੀਨਿਆਂ ਬਾਅਦ। ਸਰਾਸਰ ਧੱਕਾ, ਪਿਛਲੇ ਸ਼ਨੀਵਾਰ ਸਾਨੂੰ ਬੁਲਾਇਆ ਗਿਆ ਦਫ਼ਤਰ 'ਚ, ਸਾਰੇ ਅਫਸਰ ਸਾਹਿਬਾਨ ਸੀ, DC ਸਾਹਿਬ, ਇਹਦਾ SDM ਸਾਹਿਬ, DSP ਸਾਹਿਬ, NHI ਦੇ ਅਧਿਕਾਰੀ, 20-25 ਜਣੇ ਮੀਟਿੰਗ ਸੀ। ਅਸੀਂ ਆਹ 5 ਚੀਜ਼ਾਂ ਇਹਨਾਂ ਨੂੰ ਕਹੀਆਂ ਵੀ ਸਾਡਾ ਇੱਕ ਤਾਂ ਅਵਾਰਡ ਆ ਜਿਹੜਾ ਖੇਤੀਬਾੜੀ ਦਾ ਨਹੀਂ ਹੈਗਾ ਹੋਣਾ ਚਾਹੀਦਾ, ਸਾਡਾ ਸੈਲਰ ਆ ਜੀ ਉਹਦਾ ਅਵਾਰਡ ਕਰੋ। ਦੂਜਾ, ਸਾਡੀ ਮਸ਼ੀਨਰੀ ਕਿਹਦੀ ਕਸਟਡੀ 'ਚ ਜਾਊਗੀ, ਇੰਨੀ ਮਸ਼ੀਨਰੀ ਤੁਸੀਂ ਚੱਕ ਰਹੇ ਹੋ, ਇਹਦਾ ਇੱਕ ਅਲੱਗ ਅਵਾਰਡ ਬਣਨਾ। ਇੱਕ ਰੀਸੈਟਲਮੈਂਟ ਅਤੇ ਰੀਸੈਟਲਮੈਂਟ ਰੀਹੈਬਲੀਮੈਂਟ ਉਹਦੇ ਤਲਕ ਇੱਕ ਅਵਾਰਡ ਬਣਨਾ ਵੀ ਇਹਨਾਂ ਨੇ ਸੈਲਰ ਲਾ ਕੇ ਇਹਨਾਂ ਨੂੰ ਰੁਜ਼ਗਾਰ ਪੈਦਾ ਕਰਕੇ ਦੇਣਾ। 3 ਸਾਲ ਹੋ ਗਏ ਨਾ ਸਾਨੂੰ ਕੋਈ ਰੁਜ਼ਗਾਰ ਪੈਦਾ ਕਰਕੇ ਦਿੱਤਾ।